ਚਲੋ ਇਹਦਾ ਤਾਂ ਮਨਜ਼ੂਰ ਕਰਨਾ ਸੀ ਕਰ ਲਿਆ ਪ੍ਰਧਾਨ ਦੇ ਨਾਲ ਤੇ ਜਿਹੜਾ ਨਵਾਂ ਲੀਡਰ ਚੁਣਿਆ ਬਿਨਾਂ ਅਸੈਂਬਲੀ ਪਾਰਟੀ ਦੀ ਮੀਟਿੰਗ ਤੋਂ ਬਿਨਾਂ ਚੁਣਿਆ ਮੈਂ ਤਾਂ ਆਪ ਹੈਰਾਨ ਹਾਂ। ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਵੱਲੋਂ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਲੀਡਰ ਵਜੋਂ ਅਸਤੀਫਾ ਦੇਣ ਦਾ ਸੁਖਦੇਵ ਸਿੰਘ ਢੀਂਡਸਾ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਸੁਖਬੀਰ ਬਾਦਲ ਉੱਪਰ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਪਰਮਿੰਦਰ ਨੇ ਅਸਤੀਫਾ ਦੇ ਕੇ ਸਹੀ ਕੀਤਾ, ਪਰ ਸੁਖਬੀਰ ਬਾਦਲ ਨੇ ਜਿਸ ਤਰੀਕੇ ਨਾਲ ਅਸਤੀਫਾ ਮਨਜ਼ੂਰ ਕੀਤਾ ਉਸ ਤੋਂ ਸਾਫ਼ ਤਾਨਾਸ਼ਾਹੀ ਝਲਕਦੀ ਹੈ। ਢੀਂਡਸਾ ਨੇ ਕਿਹਾ ਕਿ ਬਿਨਾਂ ਕੋਰ ਕਮੇਟੀ ਵਿੱਚ ਚਰਚਾ ਕੀਤੇ ਹੀ ਸੁਖਬੀਰ ਬਾਦਲ ਨੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ। ਢੀਂਡਸਾ ਨੇ ਕਿਹਾ ਕਿ ਇਸੇ ਨੂੰ ਸ਼ੁਰੂ ਤੋਂ ਹੀ ਉਹ ਤਾਨਾਸ਼ਾਹੀ ਕਹਿੰਦੇ ਆਏ ਨੇ ਜੋ ਅੱਜ ਵੀ ਦਿਖਾਈ ਦਿੱਤੀ ਹੈ। ਇਸ ਲਈ ਪਰਮਿੰਦਰ ਨੇ ਜੋ ਕੀਤਾ ਉਹ ਸਹੀ ਫੈਸਲਾ ਕੀਤਾ। ਢੀਂਡਸਾ ਸਾਹਿਬ, ਅੱਜ ਹੀ ਜਿਹੜਾ ਅਸਤੀਫਾ ਹੈ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਦਿੱਤਾ ਗਿਆ ਔਰ ਅੱਜ ਹੀ ਅਸੈਪਟ ਕਰ ਲਿਆ ਗਿਆ, ਹਾਲਾਂਕਿ 3 ਵਜੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਹ ਖਤਮ ਹੋ ਚੁੱਕੀ ਸੀ ਔਰ ਲਗਭਗ 3:30 ਵਜੇ ਅਸਤੀਫਾ ਪਹੁੰਚਿਆ, ਯਾਨੀ ਕਿ ਕੋਰ ਕਮੇਟੀ ਦੇ ਵਿੱਚ ਡਿਸਕਸ ਹੀ ਨਹੀਂ ਹੋਇਆ, ਪਹਿਲਾਂ ਹੀ ਮਾਈਂਡਸੈਟ ਸੀ ਬੈਠਕ ਦੇ ਵਿੱਚ ਡਿਸਕਸ ਹੋਇਆ ਬਿਨਾਂ ਕਿਸੇ ਡਿਸਕਸ਼ਨ ਕੋ। ਨਾ ਵਿਧਾਇਕ ਮਿਲਦੇ ਹੋ, ਨਵਾਂ ਲੀਡਰ ਵੀ ਚੁਣ ਲਿਆ, ਇਹੀ ਤਾਂ ਅਸੀਂ ਸਾਡੀ ਇਹੀ ਤਾਂ ਸਿਧਾਂਤਿਕ ਸਾਡੀ ਲੜਾਈ ਹੈ ਕਿ ਡਿਕਟੇਟਰਸ਼ਿਪ ਹੈ। ਹੁਣ ਅੱਜ ਦੱਸੋ ਵੀ ਨਾ ਤਾਂ ਚਲੋ ਇਹਦਾ ਤਾਂ ਮਨਜ਼ੂਰ ਕਰਨਾ ਸੀ ਕਰ ਲਿਆ ਪ੍ਰਧਾਨ ਦੇ ਨਾਲ ਤੇ, ਜਿਹੜਾ ਨਵਾਂ ਲੀਡਰ ਚੁਣਿਆ ਬਿਨਾਂ ਅਸੈਂਬਲੀ ਪਾਰਟੀ ਦੀ ਮੀਟਿੰਗ ਤੋਂ ਬਿਨਾਂ ਚੁਣ ਲਿਆ, ਮੈਂ ਤਾਂ ਆਪ ਹੈਰਾਨ ਹਾਂ। ਢੀਂਡਸਾ ਸਾਹਿਬ, ਕਿਤੇ ਨਾ ਕਿਤੇ ਪਰਮਿੰਦਰ ਢੀਂਡਸਾ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਕਿਉਂਕਿ ਤੁਹਾਡਾ ਸ਼ੁਰੂ ਤੋਂ ਦਾਅਵਾ ਸੀ ਕਿ ਬੇਟਾ ਫਾਦਰ ਨਾਲ ਹੀ ਆਏਗਾ? ਉਹ ਕੀਤੀ ਰਹੀ ਹੈ, ਤਾਂ ਹੀ ਇਹਨੇ ਤਾਂ ਉਹਨੇ ਨਹੀਂ ਕੀਤਾ ਹੋਣਾ, ਅਪਰੋਚ ਤਾਂ ਕਰਦੀ ਕੀਤੀ ਹੋਣੀ ਹੈ। ਯਾਨੀ ਤੁਹਾਨੂੰ ਲੱਗਦਾ ਹੈ ਕਿ ਉਹ ਚਾਹੁੰਦੇ ਹੀ ਸੀ ਕਿ ਹਾਂ ਅਸਤੀਫਾ ਹੈ ਔਰ ਆਪਾਂ ਨਾਲ ਦੀ ਨਾਲ ਐਕਸੈਪਟ ਕਰ ਲਈਏ? ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਦਿੰਦਿਆਂ ਵਿਧਾਇਕ ਪਰਮਿੰਦਰ ਢੀਂਡਸਾ ਨੇ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਨੇਤਾ ਵਜੋਂ ਅਸਤੀਫਾ ਦੇ ਦਿੱਤਾ। ਪਰਮਿੰਦਰ ਢੀਂਡਸਾ ਦੇ ਅਸਤੀਫੇ ਨੂੰ ਬਿਨਾਂ ਦੇਰੀ ਕੀਤਿਆਂ ਸੁਖਬੀਰ ਬਾਦਲ ਵੱਲੋਂ ਕੋਰ ਕਮੇਟੀ ਦੀ ਬੈਠਕ ਦੌਰਾਨ ਹੀ ਸਵੀਕਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਨਵਾਂ ਲੀਡਰ ਵੀ ਥਾਪ ਦਿੱਤਾ। ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਤੋਂ ਬਾਅਦ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਇਹ ਐਕਸ਼ਨ ਲਿਆ। ਪਰਮਿੰਦਰ ਨੇ ਹਾਲ ਦੀ ਘੜੀ ਵਿਧਾਨ ਸਭਾ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਉਂਝ ਉਹ ਅਕਾਲੀ ਦਲ ਵਿੱਚ ਬਣੇ ਰਹਿਣਗੇ। ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਸੁਖਦੇਵ ਢੀਂਡਸਾ ਨੇ ਵੀ ਕਿਹਾ ਸੀ ਕਿ ਉਹ ਪਾਰਟੀ ਦੇ ਅੰਦਰ ਰਹਿ ਕੇ ਆਵਾਜ਼ ਉਠਾਉਂਦੇ ਰਹਿਣਗੇ। ਇਸ ਦੇ ਲਈ ਹੁਣ ਵੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਦੇ ਨੇ ਜਾਂ ਫਿਰ ਇਹ ਲੜਾਈ ਹੋਰ ਵੀ ਕੋਈ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।